ਨਾਮ ਹੈ ਜੀ ਆਪਣਾ? ਜੇਸ ਕੁਮਾਰ ਜੀ। ਅੱਛਾ ਜੀ, ਤੇ ਆਈ ਮੀਨ ਨੈਣਾ ਦੀ ਬੱਸ ਸਰਵਿਸ ਚੱਲ ਰਹੀ ਹੈ ਤੁਹਾਡੀ? ਹਾਂ ਜੀ, ਨੈਣਾ ਦੀ ਬੱਸ ਚੱਲਦੀ ਹੈ। ਅੱਛਾ, ਕਿੰਨਾ ਚਿਰ ਹੋ ਗਿਆ ਸਾਨੂੰ ਜਾਂਦੇ ਨੂੰ? ਤਕਰੀਬਨ 2 ਸਾਲ ਹੋ ਗਏ ਜੀ। ਅੱਛਾ, ਤੇ ਹੁਣ ਜਿਸ ਤਰ੍ਹਾਂ ਕੋਰੋਨਾ ਵਾਇਰਸ ਮਹਾਮਾਰੀ ਚੱਲ ਰਹੀ ਹੈ, ਇਹਦੇ ਵਿੱਚ ਕਿ 5 ਮਹੀਨੇ ਹੋ ਗਏ ਆ ਬੱਸ ਬੰਦ? ਮਹੀਨੇ ਤੋਂ ਬੱਸ ਨਹੀਂ ਜਾ ਰਹੀ ਜੀ। ਅੱਛਾ ਜੀ, ਕਿ ਪਰ ਸਾਡੇ 'ਚ ਭਗਤਾਂ 'ਚ ਉਤਸ਼ਾਹ ਬਹੁਤ ਹੈ। ਉਹ ਇਹੀ ਹਰ ਵਾਰੀ ਇਹੀ ਸੋਚਦੇ ਨੇ ਵੀ ਇਹ ਹੁਣ ਮੰਦਰ ਖੁੱਲ ਜਾਏ, ਹੁਣ ਮੰਦਰ ਖੁੱਲ ਜਾਏ। ਉਹ ਬਹੁਤ ਬੇਸਾਬੀ ਨਾਲ ਉਡੀਕ ਕਰ ਰਹੇ ਨੇ ਮੰਦਰ ਖੁੱਲ੍ਹਣ ਦੀ, ਅਤੇ ਹੁਣ 10 ਤਰੀਕ ਤੋਂ ਮੰਦਰ ਖੁੱਲ੍ਹ ਰਿਹਾ। ਉਸ ਵਾਸਤੇ ਲੋਕਾਂ ਦੇ ਬਹੁਤ ਫੋਨ ਆ ਰਹੇ ਨੇ ਵੀ ਕਦੋਂ ਜਾਣਾ ਜੀ, ਕਦੋਂ ਜਾਣਾ। ਪਰ ਜਿਹੜੀ ਇਹ ਕਹਿੰਦਾ ਤਾਂ ਅਸੀਂ ਉੱਥੋਂ ਪਤਾ ਕੀਤਾ ਨੈਣਾ ਦੇਵੀ ਮੰਦਰ ਤੋਂ, ਉਹ ਕਹਿੰਦੇ ਨੇ ਵੀ ਜਿਹੜੀ 10 ਤਰੀਕ ਤੋਂ ਮੰਦਰ ਖੁੱਲ੍ਹ ਰਿਹਾ ਉਹ ਹਿਮਾਚਲ ਦੇ ਭਗਤਾਂ ਲਈ ਉਹ ਖੁੱਲ੍ਹ ਰਿਹਾ। ਅਤੇ ਅਸੀਂ ਉਸ ਤੋਂ ਜਦੋਂ ਵੀ ਮੰਦਰ ਖੁੱਲ੍ਹ ਗਿਆ ਉਦੋਂ ਅਸੀਂ ਕੋਸ਼ਿਸ਼ ਕਰਾਂਗੇ ਵੀ ਪੂਰੇ ਦੇ ਸਮਾਣੇ ਦੇ ਭਗਤਾਂ ਨੂੰ ਦਰਸ਼ਨ ਕਰਾਏ ਜਾਣ। ਅੱਛਾ ਜੀ, ਇਹ ਤੁਹਾਡੇ ਨਾਲ ਇਹ ਵਿਧੀ ਕੌਣ ਨੇ? ਇਹ ਮੰਗਲ ਸ਼ਰਮਾ ਜੀ ਨੇ ਜੀ। ਇਹ ਪਹਿਲਾਂ ਇਹ ਬੱਸ ਲੈ ਕੇ ਜਾ ਰਹੇ ਸੀਗੇ ਜੀ, ਉਸ ਤੋਂ ਬਾਅਦ ਅਸੀਂ ਬੱਸ ਆਪਣੀ ਸਟਾਰਟ ਕੀਤੀ ਜਾਂ ਸਾਡੇ ਅਲੱਗ ਅਲੱਗ ਗਰੁੱਪ ਨੇ ਸਾਡੇ ਦੋਨਾਂ ਦੇ। ਅੱਛਾ ਜੀ, ਪਰ ਜਾਨੀ ਕਿ ਸਾਡਾ ਇਕੱਠਾ ਹੀ ਗਰੁੱਪ ਆਇਆ ਮੰਨ ਕੇ ਚੱਲੋ। ਸ਼ਰਮਾ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਜੈ ਮਾਤਾ ਜੀ ਵੀਰ ਜੀ, ਸਾਰੇ ਭਗਤਾਂ ਨੂੰ, ਸਾਰੇ ਵੀਰਾਂ ਨੂੰ ਜੈ ਮਾਤਾ ਦੀ। ਹਾਂਜੀ, ਬਹੁਤ ਅਨੁਭਵ ਹੋ ਰਿਹਾ, ਖੁਸ਼ੀ ਦਾ ਮਾਹੌਲ ਆ ਰਿਹਾ ਵੀ ਮਾਤਾ ਦੇ ਮੰਦਰ ਖੁੱਲ੍ਹ ਰਹੇ ਨੇ ਜੀ 10 ਤਰੀਕ ਨੂੰ। ਫਿਲਹਾਲ ਅਸੀਂ ਪੰਡਿਤ ਜੀ ਨਾਲ ਗੱਲ ਕੀਤੀ ਉੱਥੇ ਹਿਮਾਚਲ ਪ੍ਰਦੇਸ਼ ਨੈਣਾ ਦੇਵੀ ਮਾਤਾ ਜੀ ਦੇ, ਅਤੇ ਉਹ ਕਹਿੰਦੇ ਇਹ 12 ਜਾਂ 13 ਤਰੀਕ ਨੂੰ ਮੰਦਰ ਜਦ ਵੀ ਖੁੱਲ੍ਹੇਗਾ ਪਹਿਲਾਂ ਹਿਮਾਚਲ ਦੀ ਐਂਟਰੀ ਹੋਏਗੀ, ਉਸ ਤੋਂ ਬਾਅਦ ਪੰਜਾਬ ਦੀ ਐਂਟਰੀ ਹੋਏਗੀ। ਜਦ ਵੀ ਮੰਦਰ ਖੁੱਲ੍ਹਦਾ ਅਸੀਂ ਜਾ ਕੇ ਆਵਾਂਗੇ, ਸਾਨੂੰ ਬਹੁਤ ਖੁਸ਼ੀ ਦਾ ਮੌਕਾ ਮਿਲ ਰਿਹਾ, ਖੁਸ਼ੀ ਮਾਤਾ ਦੇ ਦਰਸ਼ਨ ਕਰਾਂਗੇ ਜਾ ਕੇ। ਹਿਮਾਚਲ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਇੰਨੀ ਜਲਦੀ ਮੰਦਰ ਖੁੱਲ੍ਹ ਦੀ ਇਜਾਜ਼ਤ ਦਿੱਤੀ ਆ, ਅਤੇ ਸੰਗਤ ਨੂੰ ਦਰਸ਼ਨ ਕਰਾਵਾਂਗੇ ਜੀ। ਅਤੇ ਸਾਨੂੰ ਤਾਂ ਬਹੁਤ ਫੋਨ ਵੀ ਆ ਰਹੇ ਨੇ ਸਵਾਰੀਆਂ ਦੇ ਵੀ ਬੱਸ ਕਰ ਜਾਣੀ, ਅਸੀਂ ਵੀ ਜਾ ਕੇ ਆਉਂਦੇ। ਅਤੇ ਹੁਣ ਵੀ ਇਸ ਵਿੱਚ ਸੋਸ਼ਲ ਡਿਫਰੈਂਸ ਦਾ ਜਿਸ ਤਰ੍ਹਾਂ ਗੌਰਮੈਂਟ ਨੇ ਰੱਖਣ ਨੂੰ ਕਿਹਾ ਜਾਊਗਾ ਹਿਮਾਚਲ ਨੂੰ ਗੌਰਮੈਂਟ ਵੱਲੋਂ ਆਉਣ ਵਾਲੇ ਭਗਤਾਂ ਨੂੰ, ਉਸ ਤਰ੍ਹਾਂ ਤੁਸੀਂ ਵੀ ਪੂਰੀ ਸਾਵਧਾਨੀ ਰੱਖੀ ਜਾਓ? ਪੂਰੀ ਸਾਵਧਾਨੀ ਵਰਤਾਂਗੇ। ਹਿਮਾਚਲ ਜੀ ਨੇ ਸਰਕਾਰ ਨੇ ਜਿਵੇਂ ਵੀ ਕਿਹਾ ਜੀ 50 ਸਵਾਰੀਆਂ ਨਹੀਂ ਲੈ ਕੇ ਜਾਣੀਆਂ, 25 ਲੈ ਕੇ ਜਾਣੀਆਂ, 30 ਲੈ ਕੇ ਜਾਣੀਆਂ, 30 ਸਵਾਰੀ ਵੀ ਲੈ ਕੇ ਜਾਵਾਂਗੇ, ਪਰ ਦਰਸ਼ਨ ਜ਼ਰੂਰ ਸੰਗਤ ਨੂੰ ਕਰਾ ਕੇ ਲੈ ਕੇ ਜਾਵਾਂਗੇ, ਅਤੇ ਜਿੱਦਾਂ ਸਰਕਾਰ ਕਹੇਗੀ ਉਹਦੀ ਗਾਈਡਲਾਈਨ ਚੱਲਾਂਗੇ। ਜੈ ਮਾਤਾ ਦੀ। ਜੈ ਮਾਤਾ ਦੀ।